ਫਿਲੌਰ ਦੇ ਪਿੰਡ ਅਟੀ ਵਿਖੇ ਕੱਲ੍ਹ ਸਰਕਾਰ ਵੱਲੋਂ ਭੇਜੀ ਗਈ ਕਣਕ ਵੰਡੀ ਗਈ ਸੀ। ਲੋਕਾਂ ਨੇ ਕਣਕ ਲੈਣ ਖਾਤਰ ਲੋਕਡਾਊਨ ਦੇ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ ਸਨ, ਜਿਸ ਨੂੰ ਪ੍ਰਮੁੱਖਤਾ ਨਾਲ ਭਾਰਤ ਸੰਦੇਸ਼ 'ਤੇ ਦਿਖਾਇਆ ਗਿਆ ਸੀ। ਜਦੋਂ ਦੂਜੇ ਦਿਨ ਕਣਕ ਵੰਡੀ ਗਈ ਤਾਂ ਖਬਰ ਦਾ ਅਸਰ ਵੇਖਣ ਨੂੰ ਮਿਲਿਆ। ਡੀਪੂ ਹੋਲਡਰ ਵੱਲੋਂ 5-5 ਲਾਭਪਾਤਰੀਆਂ ਨੂੰ ਲੋਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਣਕ ਵੰਡੀ ਜਾ ਰਹੀ ਸੀ। ਪਿੰਡ ਦੇ ਲੋਕਾਂ ਵੱਲੋਂ ਆ ਸੋਸ਼ਲ ਡਿਸਟੈਂਸ ਦਾ ਪੂਰਾ ਖਿਆਲ ਰੱਖਿਆ ਗਿਆ ਸੀ ਅਤੇ ਲੋਕ ਆਪਸੀ ਦੂਰੀ ਬਣਾ ਕੇ ਖੜ੍ਹੇ ਸਨ। ਲੋਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਦਿਖਾਈ ਦਿੱਤੇ। ਜੇ ਇਸ ਤਰ੍ਹਾਂ ਹੀ ਲੋਕ ਸਮਝਦਾਰ ਬਣ ਕੇ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦੇ ਰਹਿਣ ਤਾਂ ਜਿੱਥੇ ਉਹ ਆਪ ਕਰੋਨਾ ਵਾਇਰਸ ਤੋਂ ਬਚ ਸਕਣਗੇ ਉੱਥੇ ਹੀ ਦੂਸਰਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ। ਬਹੁਤ ਜ਼ਿਆਦਾ ਇੱਥੇ ਰਸ਼ ਸੀਗਾ ਜਦੋਂ ਤੁਸੀਂ ਕਣਕ ਵੰਡ ਰਹੇ ਸੀਗੇ, ਅੱਜ ਮੈਂ ਦੇਖਿਆ ਕਾਫੀ ਡਿਸਿਪਲਿਨ ਆ। ਹਾਂਜੀ ਹਾਂਜੀ, ਕੱਲ੍ਹ ਤਾਂ ਜੀ ਫਿਰ ਬਹੁਤ ਜ਼ਿਆਦਾ ਜਿੱਦਾਂ ਲੋਕਾਂ ਨੂੰ ਫਿਰ ਸੀਗਾ ਵੀ ਅਸੀਂ ਹੁਣੇ ਅੱਜ ਕਣਕ ਲੈ ਜਾਈਏ, ਪਰ ਅੱਜ ਅਸੀਂ ਥੋੜ੍ਹਾ ਪੰਚਾਇਤ ਮੈਂਬਰ ਅਤੇ ਭਾਅ ਜੀ ਹੁਣਾਂ ਨਾਲ ਸਾਰਿਆਂ ਨਾਲ ਗੱਲ ਕਰਕੇ ਅੱਜ ਅਸੀਂ ਥੋੜ੍ਹੇ ਜਿੱਦਾਂ ਆਪਣੀਆਂ ਪਰਚੀਆਂ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਇੱਕ ਮੈਂ ਲਿਸਟ ਦੇ ਚੁੱਕਾ ਜੀ, ਉਹਦੇ ਹਿਸਾਬ ਨਾਲ ਉਹ ਟੋਕਨ ਕੱਟ ਰਹੇ ਆ, ਟੋਕਨ ਦੇ ਹਿਸਾਬ ਨਾਲ ਆ ਰਹੇ ਆ ਬੰਦੇ। ਦੇਖੋ ਜਿੱਦਾਂ ਗੋਲ ਚ ਘਰ ਇੱਕ ਇੱਕ ਮੀਟਰ 'ਤੇ ਬਣਾਇਆ ਹੈ ਰਾਊਂਡ ਆ, ਰਾਊਂਡ ਦੇ ਹਿਸਾਬ ਨਾਲ ਉਹਦੇ ਵਿੱਚ ਬੰਦਾ ਖੜਾ ਆ। ਜਿੱਦਾਂ ਹੁਣ 10-10 ਬੰਦੇ ਇੱਕ ਵਾਰੀ ਆ ਰਹੇ ਆ ਉੱਥੋਂ, ਉਹਦੇ ਤੋਂ ਪਰਚੀ 10 ਬੰਦਿਆਂ ਦੀ ਕੱਟ ਰਿਹਾ, ਫਿਰ 10 ਬੰਦਿਆਂ ਜਦੋਂ 10 ਬੰਦਿਆਂ ਨੂੰ ਮਿਲ ਜਾਂਦੀ ਆ ਕਣਕ ਤਾਂ ਫਿਰ ਅਗਲੇ 10 ਬੰਦੇ ਭੇਜ ਰਹੇ ਆ। ਅੱਜ ਦੇ ਦਿਨ ਅਸੀਂ ਪੂਰਾ ਡਿਸਿਪਲਿਨ ਨਾਲ ਕੰਮ ਕਰ ਰਹੇ ਹਾਂ। ਫਿਲੌਰ ਤੋਂ ਭਾਰਤ ਸੰਦੇਸ਼ ਲਈ ਪ੍ਰਦੀਪ ਰਾਜਾ ਦੀ ਰਿਪੋਰਟ।